ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਜੀ। ਉਮੀਦ ਕਰਨੇ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਅੱਲਾਹ ਪਾਕ ਤੁਹਾਨੂੰ ਖੁਸ਼ ਤੇ ਬਾਅਦ ਰੱਖੇ, ਇਸਦੇ ਮੁਸਕਰਾਉਂਦੇ ਰੱਖੇ, ਇਸੇ ਦੁਆ ਦੇ ਨਾਲ ਅੱਜ ਦੀ ਵੀਡੀਓ ਕਰਨੀ ਸ਼ੁਰੂ। ਜਿੱਦਾਂ ਦੋ ਸਾਡੇ ਚੈਨਲ 'ਚ ਅੱਜ ਪਹਿਲੀ ਦਫ਼ਾ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਲਾਈਕ ਵੀ ਕਰੋ, ਦੋਸਤਾਂ ਵਿੱਚ ਵੀ ਸ਼ੇਅਰ ਕਰੋ ਅਤੇ ਪਹਿਲਾਂ ਜਾ ਕਮੈਂਟਸ ਕਰੋ। ਅਤੇ ਸਤਾਦਿਸ਼ ਵੀਰ ਜੀ ਦੀ ਛੋਟੀ ਜਿਹੀ ਹੈ ਵੀਡੀਓ, ਪੂਰੀ ਦੇਖਿਓ, ਤੁਹਾਨੂੰ ਅੱਛੀ ਲੱਗੇਗੀ। ਅਤੇ ਚਲੋ ਫਿਰ ਦੇਖਦੇ ਹਾਂ ਹੁਣ ਭਾਈ ਜੋੜੀ ਸ਼ਬੀਰ ਦੋਨ ਲੈ ਨੇ ਕਿਹੜਾ ਅਲੱਗ ਹੈ, ਸਾਰਾ ਕੁਝ ਇਸੇ ਵੀਡੀਓ ਵਿੱਚ ਤੁਹਾਨੂੰ ਮਿਲ ਜਾਏਗਾ। ਦੋਸਤੋ ਭਰਾਓ, ਰਾਜਾ ਸ਼ੇਰ ਅਫਗਨ, ਮੁਹੰਮਦ ਜਵੇਦ, ਮੋਜ਼ਿਆ ਰਠੌੜੀ, ਉਸਤਾਦ ਖੁਰਮ ਸਾਹਿਬ ਦੀ ਸ਼ਾਗਿਰਦੀ ਦੇ ਵਿੱਚ, ਅੱਲਾਹ ਤਾਲਾ ਇਹਨਾਂ ਨੂੰ ਸਲਾਮਤ ਰੱਖੇ ਜੀ, ਅਤੇ ਇਹਨਾਂ ਦਾ ਦਫਤੇ ਦਸਤੇ ਸ਼ਫਕਤ ਇਹਨਾਂ ਦੇ ਸਿਰੇ 'ਤੇ ਸਲਾਮਤ ਰੱਖੇ। ਮਿਹਰਬਾਨੀ, ਜਜ਼ਾਕ ਅੱਲਾਹ। ਠੀਕ ਹੋ ਗਿਆ ਜੀ, ਜਿਵੇਂ ਅਤੇ ਸਾਡੀ ਤਰਫੋਂ ਇਹਨਾਂ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ, ਉਸਤਾਦਾਂ ਦੀ ਸ਼ਾਗਿਰਦੀ ਹਾਸਿਲ ਕੀਤੀ ਇਹਨਾਂ ਨੇ, ਅਤੇ ਇਹਨਾਂ ਦੀ ਵੀ ਜਨਾਬ ਜ਼ਰਾ ਨਵਾਜ਼ੀ ਹੈ, ਜਿਹਨਾਂ ਅਸੀਂ ਆਏ ਹਾਂ, ਸਾਡੇ ਨਾਲ ਬੜੀ ਮੁਹੱਬਤ ਦੇ ਨਾਲ ਪੇਸ਼ ਆਏ ਨੇ, ਬੜੀ ਸ਼ਫਕਤ ਦੇ ਨਾਲ, ਅਤੇ ਇਹਨਾਂ ਨੇ ਬਹੁਤ ਇੱਜ਼ਤ ਦਿੱਤੀ ਹੈ। ਅੱਲਾਹ ਤਾਲਾ ਇਸ ਡੇਰੇ ਨੂੰ ਵੀ ਸਲਾਮਤ ਰੱਖੇ, ਅਤੇ ਉਸਤਾਦ ਹੋਰਾਂ ਨੂੰ ਵੀ ਜ਼ਿੰਦਗੀ ਦੇ ਅਤੇ ਸਿਹਤ ਵਾਲੀ। ਜਿਹਦਾ ਇਕੱਲਾ ਸਿਰੇ ਉੱਪਰ ਰਹੇ, ਜਿਹੜੀ ਉੱਤਰ ਪੂਰਬੀ ਦਾ ਫਨ ਹੈ ਇਹਦੇ ਵਿੱਚ ਸ਼ਗਿਰਦ ਦੱਸੋ ਨਾ ਇਹਨਾਂ ਦਾ ਨਾਂ ਅੱਜ ਤੁਸੀਂ। ਅੱਛਾ, ਮੁਹੰਮਦ ਜਾਵੇਦ ਹੈ ਜੀ, ਕੋਟਲੇ ਕਤਰਾਲੀ ਅੱਗੇ ਪਿੰਡ ਹੈ। ਠੀਕ, ਸਹੀ ਹੈ। ਹਾਂ ਜੀ ਦੋਸਤੋ ਅਤੇ ਭਰਾਓ, ਇਹ ਛੋਟੀ ਜਿਹੀ ਵੀਡੀਓ ਤੁਹਾਨੂੰ ਉਮੀਦ ਕਰਨੀ ਪਸੰਦ ਆਈ ਹੋਵੇਗੀ, ਨਾਲੇ ਦੋਸਤਾਂ ਭਰਾਵਾਂ ਦੇ ਨਾਲੇਜ ਵਿੱਚ ਇਜ਼ਾਫਾ ਹੋ ਜਾਂਦਾ ਕਿ ਕਿਹੜੇ ਇਲਾਕੇ ਦੇ ਭਾਈ ਵੀ ਸ਼ਹੀਦ ਹੋਏ ਨੇ। ਅਤੇ ਬਾਕੀ ਅਗਰ ਕੋਈ ਗਲਤੀ ਹੋਈ ਤਾਂ ਮਾਫ਼ ਕਰੋ, ਇਸੇ ਦੁਆ ਦੇ ਨਾਲ ਤੁਹਾਡਾ ਪੱਕ ਤੁਹਾਨੂੰ ਖੁਸ਼ ਤੇ ਬਾਅਦ ਰੱਖੇ, ਇਸ ਨੇ ਮੁਸਕਰਾਉਂਦੇ ਰੱਖੇ, ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ। ਓਕੇ, ਅੱਲਾ ਹਾਫਿਜ਼।